500 रुपया पर्ची लैके आरसी मिली, पेपर पूरे होने के बावजूद सारा कुछ पूरा, मास्क लगे, बेल्टा लगियां। बहुत बहुत धन्यवाद भाई साडा, तू साडा बहुत स्वागत किया जी। हाँ जी, और तां पर होवे जे साडी गलती होगी ओ जिहड़ा लफ्ज़ होई है पर नहीं नहीं पंजा मेरा बेटा नहीं नहीं मेरा बेटा प्लीज तेरे यार मेरा भी दे दे प्लीज दे दे बेटा दे दे यार दे दे मेरा मैं दसो केड़े खाते पा दे दे मेरा वीर यार प्लीज दे दे मेरा भाई आप कुछ नहीं दा जी साहब ये पर्ची भर के दित्ती आ ये हैगी कोविड वाली है ना तुम साडा चलान कट रहे साढ़े दोवे गाड़ी बेल्टा लगियां वीर साढ़े मास्क भी पाए पे दोवे साडा बैक साइड वाले मुंडा बैठा वो मास्क पाया सर चल वो इदा भाजी मरीज बंदा लत टुटी वो है ना लत टुटी इलाज कराने आए हैं वो बेल्ट नहीं लगी वो लम्मा पै गया है पिछले लम्मे नहीं पै गया उतरे आना बार राइट करो जो राइट करो नहीं बेल्टा लगिया ना दोवे लगिया गाड़ी लगिया प पर्ची माड़ी निकी जी पर्ची ला जो ठीक नहीं रोकेगा नहीं बेटा रोकेगा नहीं ਭਾਜੀ ਰੋਕਣ ਵਾਲੀ ਗੱਲ ਨਹੀਂ ਮਰੀ ਗਰੀਬ ਬੰਦਾ 3 ਕਿੱਲੇ ਪੈਲੀ ਦੇ ਉਹਦੇ ਹੁਣ ਵੀ ਭਾਗ ਲੈ ਸਾਡਾ ਦੋਸਤ ਆ ਭਾਜੀ ਉਹ ਜਿਹੜਾ ਮੁੰਡਾ ਗੱਡੀ 'ਚ ਬੈਠਾ ਨਾ ਉੱਥੋਂ ਲੰਮਾ ਪੈ ਗਿਆ ਰਾਹ 'ਚੋਂ ਜੇ ਤੁਸੀਂ 1 ਮਹੀਨਾ ਪਹਿਲਾਂ ਆਪਰੇਟ ਹੋਇਆ ਉਹਦਾ ਹੁਣ ਕਾਕਾ ਬੰਦਾ ਮਗਰ ਖਲੋਤਾ ਸੀ ਇਹਨੇ ਆਪ ਤੇਰੇ ਬੰਦੇ ਨੇ ਕਿਹਾ ਵੀ ਇਹ ਨਹੀਂ ਲਾਈ ਇਹ ਦਵੇ 500 ਰੁਪਏ ਇਹਨੇ ਕਿਹਾ ਕਿ ਨਹੀਂ ਵੀ ਇਹਨੇ ਮੈਂ ਕਿਹਾ ਵੀ ਜੇ ਆਪਾਂ ਉਹ ਭੁੱਲ ਹੀ ਆ ਜਾ ਜੇ ਮਤਲਬ ਰਾਈਟ ਹੈ ਪਰ ਕੈਮਰਾ ਫਿਰ ਮੈਂ ਆਪਣੀ ਬਣਾ ਨਹੀਂ ਨਹੀਂ ਤੁਸੀਂ ਮਰਜੀ ਕੋਵਿਡ ਦੀ ਭਰਤੀ ਸੀਟ ਸੀਟ ਬੈਲਟ ਦਾ ਚਲਾਨ ਕਰਨ ਦੇ ਕਿ ਪਰਚੀ ਭਰਤੀ ਕੋਵਿਡ ਦੀ ਕਾਕਾ ਸੀਟ ਬੈਲਟ ਦਾ ਤੇਰਾ ਮਹਿੰਗਾ ਹੀ ਉੱਥੇ ਜਾਣਾ ਪੈਣਾ ਕੋਰਟ 'ਚ ਠੀਕ ਨੇ ਤੇਰਾ ਭਲਾ ਨਹੀਂ ਕੀਤਾ ਤੈਨੂੰ ਇੱਥੇ 500 ਦੀ ਪਰਚੀ ਭਰ ਕੇ ਦੇ ਦਿੱਤੀ ਫਿਰ ਤਾਂ ਭਲਾ ਨਹੀਂ ਕੀਤਾ ਆਰਸੀ ਰੱਖ ਲਾ ਕਿਹਾ ਦੂਜਾ ਕਰਦਾ ਕੋਰਟ 'ਚ ਜਾਣਾ ਪਏਗਾ ਆਉਣੇ ਪਏਗਾ ਮੁਰਗੇ ਨੂੰ ਆਰਸੀ ਨਾ ਮਿਲੀ ਸੁਣ ਯਾਰ ਤੂੰ ਗਾਲਾਂ ਕੱਢਣੀ ਆ ਤੂੰ ਬਣਾਈ ਜਾ ਫਿਲਮ ਬਣਾਈ ਜਾ ਗਾਲਾਂ ਗਾਲਾਂ ਭਾਜੀ ਗਾਲਾਂ ਗਾਲਾਂ ਤੁਹਾਡੀ ਬਣਾਉਂਦੇ ਆਪਾਂ ਰਾਈਟ ਜੋ ਆਪਾਂ ਗੱਲਬਾਤ ਕਰਦੇ ਆਪਾਂ ਭਾਜੀ ਉਹਦੀ ਬਣਾਉਂਦੇ ਨਾ ਤੁਸੀਂ ਮੈਨੂੰ ਗਾਲ ਕੱਢੀ ਨਾ ਮੈਂ ਤੁਹਾਨੂੰ ਬਣਾ ਲਵਾਂ ਭਲਾ ਕੀਤਾ ਬਣਾ ਲਾ ਵਧੀਆ ਕਿੰਨਾ ਜੀ ਉਹਦੇ ਕੋਲ ਨਹੀਂ ਚਲਾਨ ਸਾਡਾ ਹੋ ਗਿਆ ਪਾਤੀ ਸਾਡੇ ਕੋਲ ਆ ਬੇਟਾ ਕਿੱਦੇ ਉਹ 500 ਰੁਪਿਆ ਜਾ ਨਹੀਂ ਹੁਣ ਤੁਸੀਂ ਕਹਿੰਦਾ ਹੀ ਉਹਦਾ ਕਰਨਾ ਨਹੀਂ ਉਹਦਾ ਨਹੀਂ 500 ਰੁਪਿਆ ਦੇ ਉਹਦਾ ਕਿਹਾ ਪਾਤੀ ਕਾਤੋਂ ਕੱਟੀ ਤੁਸੀਂ ਆ ਜੇ ਮੈਂ ਆ ਵਾਲੀ ਕੱਟਦਾ ਚੰਗੀ ਤਰ੍ਹਾਂ ਬਣਾ ਇੱਧਰ ਕਰ ਹਾਂਜੀ ਆ ਵਾਲਾ ਕੱਟਦਾ ਮੈਨੂੰ ਕੋਰਟ 'ਚ ਜਾਣਾ ਪੈਣਾ ਸੀ ਬੇਟਾ ਤੈਨੂੰ ਉਹੀ ਮੈਂ ਕਹਿ ਰਿਹਾ ਉਹਦੇ ਕਿੰਨੇ ਚਾਰਜਸ ਆ ਬਈ ਇਹਦਾ ਬੇਟਾ ਪੈਣਾ ਸੀ 1000 ਰੁਪਿਆ ਹਾਂ ਉਹ ਕੋਈ ਚੱਕਰ ਨਹੀਂ ਹਨਾ 1000 ਰੁਪਿਆ ਕੋਰਟ 'ਚ ਜਾਣਾ ਪੈਣਾ ਸੀ ਤੁਸੀਂ ਕਪੂਰਥਲੇ ਆਉਣਾ ਸੀ ਤੁਹਾਡਾ ਤੇਲ ਲੱਗਣਾ ਸੀ ਖਰਚਾ ਇਸ ਕਰਕੇ ਭਲਾ ਕੀਤਾ ਤੁਹਾਡਾ ਵੀ ਆ 500 ਦੀ ਕਟਾ ਕੇ ਤੇ ਚਲ ਜਾਓ ਤੁਹਾਨੂੰ ਕੋਈ ਰਸਤੇ 'ਚ ਪ੍ਰੋਬਲਮ ਨਹੀਂ ਆਏਗੀ ਹਾਂਜੀ ਪ੍ਰੋਬਲਮ ਦੀ ਭਾਜੀ ਗੱਲ ਨਹੀਂ ਪੇਪਰ ਤੁਹਾਡੇ ਪੂਰੇ ਸਾਨੂੰ ਪ੍ਰੋਬਲਮ ਕਿਹੜੀ ਆਉਣ ਲੱਗੀ ਜਿਹੜੀ ਕੋਵਿਡ ਦੀ ਪਰਚੀ ਨਾਲ ਪ੍ਰੋਬਲਮ ਆਉਂਦੀ ਰਾਜ ਲੈਣ ਨਾ ਬੇਸ ਸਾਡੇ ਲੱਗੀ ਹੋਈ ਜੇ ਭਾਜੀ ਸੁਲਤਾਨਪੁਰੋਂ ਪਰਚੀ ਕਟਾ ਕੇ ਤੁਰਿਆ ਕਰੀਏ ਸਾਨੂੰ ਕੋਈ ਰਾਜ ਪ੍ਰੋਬਲਮ ਨਾ ਆਵੇ ਪਹਿਲਾਂ ਇਹ ਆਪਾਂ ਭਾਈ ਲਾਊਡ ਕਰ ਦਈਏ ਆਪਾਂ ਬੇਟਾ ਜਦੋਂ ਰੂਲ ਮੁਤਾਬਕ ਆਪਾਂ ਚੱਲਣਾ ਨਾ ਜਦੋਂ ਆਪਾਂ ਸੀਟ ਬੈਲੇ ਹੁਣ ਸੁਣੋ ਹਾਂਜੀ ਹਾਂਜੀ ਹਰ ਕਿਤੇ ਨੇ ਦੋਸ਼ ਪਾਈਦਾ ਹੋਇਆ ਆ ਆਪਣੀ ਆ ਗੱਡੀ ਗਈ ਉਹ ਬੇਟਾ ਪਿਛਲੇ ਬੰਦੇ ਸੀਟ ਬੈਲਟ ਨਹੀਂ ਲੱਗੀ ਮੈਂ ਤਾਂ ਗੱਲ ਤੁਹਾਡੇ ਨਾਲ ਕਰਦਾ ਪਿਆ ਹਨਾ ਨਹੀਂ ਨਹੀਂ ਗੱਲ ਇਹ ਆ ਨਾ ਤੁਹਾਡੇ ਨਾਲ ਕਰਦਾ ਪਿਆ ਗੱਲ ਤੁਹਾਨੂੰ ਉਧਰ ਕਿੱਦਾਂ ਜਾਊਂਗਾ ਦੱਸੋ ਸਿਆਣੇ ਬਣੀਦਾ ਹੋਈਦਾ ਨਹੀਂ ਭਾਜੀ ਆ ਜਿਹੜੀ ਪਰਚੀ ਆ ਇਹ ਤੁਸੀਂ ਲਾਊਡ ਕਰ ਦੋ ਘਰੋਂ ਬੰਦਾ ਲੈ ਕੇ ਤੁਰੇ ਵੀ ਇਹਨਾਂ ਪ੍ਰੋਬਲਮ ਨਹੀਂ ਹੁੰਦੀ ਬੰਦੇ ਨੂੰ ਰਾਹ 'ਚ ਗਏ ਨੂੰ ਉਹਦਾ ਪ੍ਰੋਬਲਮ ਆ ਜਾਂਦੀ ਇਹ ਤੋਂ ਬਿਨਾਂ ਬੇਟਾ ਆ ਆਰਸੀ ਦਾ ਖੁੱਲਦਾ ਉੱਥੇ ਬੜਾ ਟਾਈਮ ਲੱਗਣਾ ਹੈ ਇੱਧਰ ਮੇਰੇ ਵੱਲ ਨੂੰ ਕਰੀ ਕੈਮਰਾ ਮਾਰੋ ਇੱਧਰ जलंधर बैठे हैं इस टाइम अभी है गुरु अमरदास तो मुलाजम साहब का कहना भी आह पर्ची लैके ना ये कोई जलंधर में प्रॉब्लम नहीं आती
ਜੇ ਤੁਸੀਂ ਇਹ ਮੰਨ ਲਓ ਪਰਚੀ ਨਹੀਂ ਲਿਖਿਆ ਤੁਹਾਨੂੰ ਪ੍ਰੋਬਲਮ ਆਉਣੀ ਹੈ ਵੀ ਸਾਨੂੰ ਦੱਸ ਦਿਓ ਅਸੀਂ ਇਹ ਪਰਚੀ ਮੰਨ ਲਓ ਪਹਿਲਾਂ ਲੈ ਗਿਆ ਜੀ ਸੁਲਤਾਨਪੁਰ ਤੋਂ ਲਿਆ ਜੀ ਇਹ ਕਟਾ ਕੇ 500 ਰੁਪਏ ਤੋਂ ਮੰਨ ਲਓ ਇਹ ਤਾਂ ਮੈਨੂੰ ਪ੍ਰੋਬਲਮ ਆਉਂਦੀ ਹੈ ਸਾਡੇ ਬੈਕ ਸਾਈਡ 'ਤੇ ਵੀਰ ਬੈਠਾ ਲੱਤ ਟੁੱਟੀ ਇਲਾਜ ਕਰਵਾਉਣ ਚੱਲੇ ਜੀ ਉਹ ਪਿੱਛੋਂ ਲੰਮਾ ਪੈ ਗਿਆ ਹੈ ਜੀ ਅਤੇ ਉਹਦੇ ਬੈਲਟ ਨਹੀਂ ਲੱਗੀ ਪਈ ਬੈਕ ਸਾਈਡ 'ਤੇ ਲੰਮਾ ਬੰਦਾ ਲੰਮਾ ਪਿਆ ਬੈਲਟ ਕਿੱਦਾਂ ਲਾ ਲੂਗਾ ਸਾਡੇ ਦੋਵਾਂ ਦੇ ਬੈਲਟਾਂ ਲੱਗੀਆਂ ਮਾਸਕ ਲੱਗੇ ਉਹਦੇ ਵੀ ਮਾਸਕ ਲੱਗਾ ਪਿਆ ਇਹ ਸਰਾਸਰ ਧੱਕਾ ਹੋ ਰਿਹਾ 500 ਦੀ ਪਰਚੀ ਆ ਜੀ 500 ਦੀ ਕੋਈ ਗੱਲ ਨਹੀਂ ਭਾਵੇਂ 1000 ਦੀ ਹੋ ਜਾਵੇ ਉਹ ਕੋਈ ਮਸਲਾ ਨਹੀਂ ਆ ਰਾਈਟ ਆ ਬੰਦੇ ਦਾ ਉਹ ਰਾਈਟ ਹੋਣਾ ਚਾਹੀਦਾ ਜੀ